ਦੁਨੀਆ ਦੇ ਉੱਪਰ ਸਿਰਫ ਵਿਸ਼ਵਾਸ ਅਤੇ ਮੁਹੱਬਤ ਹੀ ਸਭ ਤੋਂ ਉੱਤਮ ਚੀਜ਼ ਆਉਂਦੀ ਹੈ ਅਤੇ ਅੱਜ ਜਿਹੜੇ ਸ਼ਖਸ ਸਾਡੇ ਨਾਲ ਮੌਜੂਦ ਆ ਉਹ ਦੋਵੇਂ ਚੀਜ਼ਾਂ ਦੇ ਧਨੀ ਆ ਕਿਉਂਕਿ ਉਹਨਾਂ ਨੇ ਸਾਰੀ ਉਮਰ ਆਪਣਾ ਵਿਸ਼ਵਾਸ ਲੋਕਾਂ ਦੇ ਉੱਪਰ ਬਣਾਇਆ ਅਤੇ ਮੁਹੱਬਤ ਖੱਟੀ ਹੈ। ਸਾਡੇ ਨਾਲ ਨੇ ਗੁਰਬਚਨ ਸਿੰਘ ਸਰ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ। ਥੈਂਕ ਯੂ। ਆਪਾਂ ਕੋਈ ਪੋਲੀਟੀਕਲ ਗੱਲ ਨਹੀਂ ਕਰਾਂਗੇ, ਕੋਈ ਇੱਦਾਂ ਦੀ ਗੱਲ ਨਹੀਂ ਕਰਾਂਗੇ, ਸਿੱਧੀਆਂ ਨੋਰਮਲ ਗੱਲਾਂ ਬਾਤਾਂ ਕਰਾਂਗੇ ਕਿ ਤੁਸੀਂ ਵਿਸ਼ਵਾਸ ਅਤੇ ਮੁਹੱਬਤ ਹੀ ਖੱਟੀ ਅੱਜ ਤੱਕ। ਬਿਲਕੁਲ। ਅਤੇ ਇਹ ਸਿੱਖਿਆ ਵੀ ਫਿਰ ਉਹਨਾਂ ਤੋਂ ਹੋਊਗਾ, ਧਰਮਿੰਦਰ ਜੀ ਹੋਣਾ ਕੋਲੋਂ, ਸਾਨੀ ਹੋਣਾ ਕੋਲੋਂ। ਅਤੇ ਇਹਨਾਂ ਦੇ ਨਾਲ ਮੁਲਾਕਾਤ ਤੁਹਾਡੀ ਜਿਹੜੀ ਹੈ ਕਦੋਂ ਹੋਈ ਸੀ ਅਤੇ ਕਿਵੇਂ ਹੋਈ ਸੀ? ਮੇਰੇ ਫਾਦਰ ਸਾਹਿਬ ਤਹਿਸੀਲਦਾਰ ਸੀ, ਸਾਰਿਆਂ ਨੂੰ ਪਤਾ ਤਕਰੀਬਨ, ਬਹੁਤ ਵਾਰ ਕਹਿ ਚੁੱਕਿਆ। 1970 'ਚ ਬਟਾਲੇ ਤੋਂ ਰਿਟਾਇਰ ਹੋਏ, ਇੱਥੇ ਅਭੈ ਦਿਓਲ ਦੇ ਪਾਪਾ ਅਜੀਤ ਦਿਓਲ ਜੀ, ਇਹਨਾਂ ਦੇ ਸਕੇ ਛੋਟੇ ਭਰਾ, ਦੇਵਰ ਵਨ ਜੁਆਇੰਟ ਫੈਮਿਲੀ, ਧਰਮ ਭਾਈ ਦੇ ਘਰ ਨੂੰ ਧਰਮ ਭਾਈ ਦਾ ਬੰਗਲਾ ਨਹੀਂ ਕਿਹਾ ਜਾਂਦਾ, ਧਰਮਸ਼ਾਲਾ ਕਿਹਾ ਜਾਂਦਾ। ਜੋ ਜੀ ਆਏ ਸੋ ਰਾਜੀ ਜਾਏ, ਅਤੇ ਉਹ ਸਾਡੇ ਗੁਰਦਾਸਪੁਰ 'ਚ 1960 ਤੋਂ 65 ਤੱਕ ਸਰਵਿਸ ਕਰਦੇ ਜੀ। ਮੈਂ ਛੋਟਾ ਸੀ, ਮੈਨੂੰ ਨਹੀਂ ਸੀ ਪਤਾ, ਪਰ ਮੇਰੇ ਫਾਦਰ ਸਾਹਿਬ ਨੇ ਆਪਣੇ ਹੱਥੀਂ, ਔਰ ਉਦੋਂ ਦੇ ਸਟੇਸ਼ਨ ਮਾਸਟਰ ਬਾਬੂ ਮਨੋਹਰ, ਇਹਨਾਂ ਨਾਲ ਪਰਿਵਾਰਕ ਸੰਬੰਧ ਸੀ, ਉਹਨਾਂ ਦੀ ਚਿੱਠੀ ਲੈ ਦਿੱਤੀ ਮੈਨੂੰ। ਬਾਕੀ ਕਈ ਬੰਦਿਆਂ ਨੇ ਇਹਨਾਂ ਪੁੱਛਿਆ, ਮੈਂ ਦੱਸ ਚੁੱਕਾ ਐਜ਼ ਇਟ ਇਜ਼, ਫਿਰ ਵੀ ਕਹਾਂਗਾ। ਰਾਜ ਖੋਸਲਾ ਸਾਹਿਬ ਸ੍ਰੀ ਹਰਗੋਬਿੰਦਪੁਰ ਤੋਂ, ਦਾਰਾ ਜੀ ਦਾ ਰੈਵਨਿਊ ਡਿਸਟ੍ਰਿਕਟ ਅੰਮ੍ਰਿਤਸਰ, ਬਟ ਉਹ ਸਾਡੇ ਜ਼ਿਆਦਾ ਨਜ਼ਦੀਕ ਸੀ ਬਟਾਲੇ ਗੁਰਦਾਸਪੁਰ ਦੇ, ਐਂਡ ਦੇਵਾਨੰਦ ਸਾਹਿਬ ਸਾਡੀ ਜਨਮ ਭੂਮੀ ਤੋਂ। ਪਰ ਮਹਾਰਾਜ ਇਹਨਾਂ ਦੀ ਤਿੰਨੇ ਗੁਜ਼ਰ ਚੁੱਕੇ, ਆਤਮਾ ਨੂੰ ਸ਼ਾਂਤੀ ਪਹੁੰਚਾਏ, ਮੈਨੂੰ ਪੁੱਛਿਆ ਨਹੀਂ ਕਿਸੇ ਨੇ, ਜਿਨ੍ਹਾਂ ਨਾਲ ਸਾਡੇ ਪਰਿਵਾਰਕ ਸੰਬੰਧ ਸੀ। ਇਹਨਾਂ ਨਾਲ ਮੇਰਾ ਪਰਿਵਾਰਕ ਸੰਬੰਧ ਕੋਈ ਨਹੀਂ ਸੀ, ਸਿਰਫ ਚਿੱਠੀ ਸੀ। ਮੈਂ ਡਰਦਾ ਡਰਦਾ, ਪਹਿਲਵਾਨ ਮੈਂ ਬੜਾ ਨਾਮਚੀਨ ਸੀ, ਮੈਂ ਮਨ ਬਣਾਇਆ ਵਾਪਸ ਟੱਬ ਬੋਰਨਾ, ਵਾਪਸ ਮੈਂ ਮੁੜਨਾ ਨਹੀਂ। ਟਾਈਗਰ ਰਜੀਤ ਸਿੰਘ ਦੀ ਮੈਂ ਗੁਰਦਾਸਪੁਰ ਕੁਸ਼ਤੀਆਂ ਕਰਾਈਆਂ ਸੀ WWF 'ਚ ਆਉਂਦੀਆਂ, ਅਤੇ ਮੇਰਾ ਮਨ ਵੀ ਗੁਰਬਚਨ ਚੱਲ ਕਨੇਡਾ ਹੀ ਚੱਲਦੇ ਹਾਂ, ਮਿਹਨਤਾਂ ਕਰਕੇ ਉੱਥੇ ਕਰਾਂਗੇ। ਬਟ ਦੂਸਰਾ ਮਨ ਕਹਿੰਦੇ, ਜਦ ਮਨ ਦੀ ਮੁਰਾਦ ਨਾ ਪੂਰੀ ਹੋਏ ਤਾਂ ਹੋਰ ਵੀ ਅੱਛਾ ਮਹਾਰਾਜ ਨੇ ਲਿਖਿਆ ਹੁੰਦਾ। ਮੈਂ ਇਹਨਾਂ ਦੇ ਚਿੱਠੀ ਲੈ ਕੇ ਚਲਾ ਗਿਆ, ਉਹ 10 ਕੁ ਮਿੰਟ ਲੱਗੇ, ਉਸ ਤੋਂ ਬਾਅਦ ਉਹਨਾਂ ਦਾ ਵਾਚਮੈਨ ਆਇਆ, ਕਹਿੰਦਾ ਜੀ ਤੁਹਾਨੂੰ ਉੱਪਰ ਬੁਲਾਇਆ। ਮੈਂ ਹੈਰਾਨ ਕਿ ਉੱਪਰ ਬੁਲਾਇਆ ਮੈਨੂੰ ਇਹਨਾਂ ਨੇ। ਮੈਂ ਉੱਪਰ ਗਿਆ ਟੈਰਿਸ 'ਤੇ, ਧਰਮ ਭਾਅ ਜੀ, ਜੀਤ ਭਾਅ ਜੀ, ਛੋਟੇ ਭਰਾ, ਦੋ ਹੋਰ ਬੰਦੇ ਇਹਨਾਂ ਦੇ ਦੋਸਤ ਬੈਠੇ। ਓਬਵੀਅਸਲੀ ਮੈਂ ਜਾਂਦਿਆਂ ਭਾਅ ਜੀ ਨੂੰ ਪਛਾਣਿਆ, ਪੈਰੀਆਂ ਤਲਾਇਆ। ਮੈਂ ਹੁਣ ਜੇ ਮਾੜਾ ਮੋਟਾ ਫਿੱਟ ਹਾਂ ਤਾਂ ਉਦੋਂ ਅੱਜ ਤੋਂ ਮਤਲਬ 70 ਦੇ ਵਿੱਚ ਮੇਰੇ ਸਮੇਂ ਲੋਕ ਕਿੰਨੇ ਸਾਲ, 50 ਸਾਲ ਹੋ ਚੱਲੇ ਆਲਮੋਸਟ। ਸੋਹਣੀ ਸੋਹਣੀ ਸਿਹਤ ਸੀਗੀ, ਉਹ ਮੈਂ ਇਹਨਾਂ ਨੂੰ ਮਤਲਬ ਉੱਥੇ ਜਾ ਕੇ ਜੀਤ ਭਾਈ ਨੂੰ ਫਤਿਹ ਭਲਾ ਇਹ ਥਿੰਕ ਕਰ ਰਹੇ ਸੀ, ਅਤੇ ਇਹਨਾਂ ਨੇ ਮੈਨੂੰ ਔਫਰ ਕੀਤੀ ਸ਼ਰਾਬ, ਮੈਂ ਜੀ ਮੈਂ ਪੀਂਦਾ ਨਹੀਂ। ਫਿਰ ਕਹਿੰਦੇ ਬੀਅਰ ਮੰਗਾ ਦਿੰਦੇ ਹਾਂ, ਮੈਂ ਜੀ ਮੈਂ ਬੀਅਰ ਵੀ ਨਹੀਂ ਪੀਤੀ। ਪੰਜਾਬੀਆਂ ਦੇ ਇੱਕੋ ਸੁਭਾਅ ਕਿ ਜਿਹੜਾ ਪੰਜਾਬੀ, ਉਹੀ ਗੱਲ ਵੀ ਸ਼ਰਾਬ ਫਸਟ ਸਾਨੂੰ ਗੁੜ ਦੀ ਸ਼ਰਾਬ ਦੀ ਲੱਗਦੀ ਹੈ ਇੱਥੇ। ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਚਾਹ ਮੰਗਾਈਏ, ਮੈਂ ਜੀ ਮੈਂ ਚਾਹ ਵੀ ਨਹੀਂ ਪੀਂਦਾ। ਬੜੇ ਖੁਸ਼ ਹੋਏ, ਫਿਰ ਇਹਨਾਂ ਨੂੰ ਦੁੱਧ ਮੰਗਾਇਆ, ਅਤੇ ਜੀਤ ਭਾਈ ਨੇ ਮੇਰੀ ਕੁਸ਼ਤੀ ਦੀ ਰੀਲ ਭਾਰਤੀ ਸਮਾਚਾਰ ਚਿੱਤਰ ਉਹਨਾਂ ਦਿਨਾਂ 'ਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਆਉਂਦੇ ਹੁੰਦੇ ਸੀ, ਉਹ 'ਚ ਮੇਰੀ ਸੁਦਾਗਰ ਸਿੰਘ ਪਹਿਲਵਾਨ ਜਿਹੜਾ ਉਹ ਛਿਲਕੀ ਡਰੋਪ ਕਿੱਕ ਮਾਰਦਾ, ਉਹਦੇ ਨਾਲ ਬਰਾਬਰ ਕੁਸ਼ਤੀ। ਕਹਿੰਦੇ ਕਾਕਾ ਤੂੰ ਭਲਵਾਨ ਨਹੀਂ ਸੀ? ਮੈਂ ਹਾਂਜੀ। ਤੂੰ ਉਹ ਹੀ ਆ ਜਿਹੜਾ ਸੁਦਾਗਰ ਨਾਲ ਦਿੱਲੀ ਕੋਲ? ਮੈਂ ਹਾਂਜੀ। ਮੈਂ ਉਹ, ਤੁਹਾਨੂੰ ਖੁਸ਼ੀ ਹੋ ਗਈ, ਗੁਰਦਾਸਪੁਰੀਆਂ ਨੂੰ ਪਤਾ ਸਾਰਾ, ਮੈਂ ਰੰਧਾਵਾ ਰੁਸਤ ਮੈਂ ਦਾਰਾ ਜੀ ਦਾ ਛੋਟਾ ਭਰਾ, ਉਹਦੇ ਨਾਲ ਮੇਰੀ ਇੰਦੌਰ ਕੁਸ਼ਤੀ ਹੋਈ। ਮੈਂ ਉਹਦੇ ਕੋਲ 36 ਮਿੰਟਾਂ 'ਚ ਆ ਰਿਹਾ। ਅਗਲੇ ਦਿਨ ਪੇਪਰ 'ਚ ਗੁਰਬਚਨ ਕੀ ਹਾਰ, ਜੀਤ ਕੇ ਬਰਾਬਰ, ਰੰਧਾਵਾ ਕੀ ਜੀਤ ਹਾਰ, ਇਹ ਆਇਆ ਸੀ ਕੈਪਸ਼ਨ। ਅਤੇ ਉਹ ਮੇਰੇ ਇਹਨਾਂ ਨਾਲ ਰਿਲੇਸ਼ਨ। ਉਸ ਤੋਂ ਬਾਅਦ ਇਹਨੇ ਕਿਹਾ ਕਾਕਾ ਤੇਰਾ ਸਮਾਨ ਕਿੱਥੇ? ਮੈਂ ਸੱਚੀਆਂ ਸੱਚੀਆਂ ਗੱਲਾਂ ਕਰਨਾ, ਮੈਂ ਸਮਾਨ ਮੇਰਾ ਦਾਰਾ ਸਿੰਘ ਜੀ ਦੀ ਗੈਰੇਜ 'ਚ ਪਿਆ। ਅੱਛਾ। ਮੇਰੇ ਬਾਪ ਨੇ ਉਹਨਾਂ ਦੇ ਕੀ ਕੰਮ ਨਹੀਂ ਕੀਤੇ, ਇਹਨਾਂ ਨਾਲ ਕੋਈ ਵਾਸਤਾ ਨਹੀਂ ਮੇਰੀ। ਉਹਨਾਂ ਨੇ ਮੈਨੂੰ ਪੁੱਛਿਆ ਹੀ ਨਹੀਂ, ਕਹਿੰਦੇ ਲਾਈਨ ਬੜੀ ਖਰਾਬ ਹੈ। ਮੈਂ ਸਰ ਯੂ ਆਰ ਆਲਸੋ ਪਾਰਟ ਆਫ ਦਿਸ ਲਾਈਨ? ਕਹਿੰਦੇ ਨਹੀਂ, ਇਹ ਹੈ ਉਹ ਹੈ, ਤੂੰ ਐਡਾ ਤਗੜਾ ਭਲਵਾਨ ਆ ਤੂੰ। ਮੈਂ 20 ਸਾਲਾਂ ਦਾ, 25-26 ਸਾਲ 'ਚ ਭਲਵਾਨੀ ਖਤਮ ਹੋ ਜਾਏਗੀ, ਮੈਂ ਪ੍ਰੋਫੈਸ਼ਨ ਕੀ ਕਰਾਂਗਾ, ਵਾਈ ਮੈਂ ਕਰਨੀ ਨਹੀਂ? ਮੈਨੂੰ ਆ ਗਿਆ ਮੈਂ ਉੱਥੋਂ ਨਹੀਂ ਸਾਥ ਦਿੱਤਾ। ਇਹਨਾਂ ਵਿਚਾਰਿਆਂ ਕਿਹਾ ਕਾਕਾ ਸਮਾਨ ਲਿਆਇਆ, ਇੱਥੇ ਰਹਿ, ਤੂੰ ਜੋ ਕਰਨਾ ਕਰ। ਮੈਂ ਜੀ ਮੈਂ ਸਮਾਨ ਨਹੀਂ ਲਿਆਵਾਂਗਾ, ਤੁਹਾਡਾ ਆਸਰਾ ਚਾਹੀਦਾ ਕਿ ਮੇਰਾ ਕੋਈ ਬੋਂਬੇ ਹੈ। ਮੇਰਾ ਦਿਲ ਭਰਨ ਦਾ ਪਾ ਜਿੱਦਾਂ ਵੀ ਇੱਕ ਇਨਸਾਨ ਨੂੰ ਕਮ ਸੇ ਕਮ ਪੁੱਛੋ ਤੁਸੀਂ ਤੂੰ ਕੀ ਚਾਹੁੰਦਾ, ਮੈਂ ਤੁਹਾਡੇ ਕੋਲ ਗੋ ਨਹੀਂ ਰਿਹਾ। ਕਹਿੰਦੇ ਬੇਟੇ ਤੂੰ ਦਿਨੇ ਆ, ਰਾਤ ਆ, ਦੋਵੇਂ ਵਕਤ ਦੀ ਰੋਟੀ, ਜੋ ਕਰਨਾ ਕਰ, ਤੇਰੀ ਮਰਜ਼ੀ ਹੈ, ਜੇ ਤੂੰ ਇਹ ਕਰਨਾ ਮੇਰਾ ਕੋਈ ਨਹੀਂ ਤਾਂ ਹੈ। ਉਹ 73 ਅਕਤੂਬਰ ਐਂਡ ਤੋਂ ਲੈ ਕੇ ਅੱਜ ਤੱਕ ਇਹਨਾਂ ਮੈਨੂੰ, ਮੈਂ ਇਹਨਾਂ ਦਾ ਡੁਪਲੀਕੇਟ ਵੀ ਕਰਦਾ ਰਿਹਾ ਇਹਨਾਂ ਦਾ, ਮੈਂ ਓਪਨ ਬਾਡੀ 'ਚ ਕਹਾਣੀ ਕਿਸਮਤ ਜੀ ਡੁਪਲੀਕੇਟ ਬਿਲਕੁਲ। ਫਿਰੋਜ਼ ਖਾਨ ਸਾਹਿਬ ਆਏ ਤਾਂ ਕਹਿੰਦੇ ਧਰਮ ਤੁਸੀਂ ਲੋਕ ਐਕਟਰ ਬਣ ਆਉਂਦੇ ਹੋ, ਨਾਲ ਡੁਪਲੀਕੇਟ ਵੀ ਲੈ ਕੇ ਆਉਂਦੇ ਹੋ ਪੰਜਾਬ ਤੋਂ। ਤੋ ਬੇਇੰਤਹਾ ਮਹਾਰਾਜ ਨੇ ਪੈਸਾ ਦਿੱਤਾ, ਸਭ ਦਿੱਤਾ, ਮੈਂ ਇਹਨਾਂ ਦਾ ਸ਼ੁਕਰ ਗੁਜ਼ਾਰ ਹਾਂ। ਅੱਜ ਵੀ ਪਿਵਾਂਗੂ ਵਚਨ, ਤੂੰ ਮੇਰੇ ਨਾਲ ਜਾਣਾ। ਮੈਂ ਜੀ ਓਬਵੀਅਸਲੀ ਆਪਣੇ ਸੰਨੀ ਭਈਆ ਨੂੰ ਟਿਕਟ, ਤੇਰਾ ਇਲਾਕਾ, ਮੈਂ ਜੀ ਤੁਹਾਡਾ ਹੀ ਹੈ ਜੀ। ਚਲੋ ਸੀ, ਕੋਈ ਯਾਰੀ ਦਾ ਕਿੱਸਾ ਹੋ ਜਾਏ, ਕੋਈ ਮਤਲਬ ਹਾਸੇ ਵਾਲਾ ਕਿੱਸਾ ਕੋਈ ਹੋ ਜਾਏ, ਮੈਂ ਇਹ ਨਹੀਂ ਕਹੂੰਗੀ ਨੋਟੀ ਸੁਣਾ ਦਿਓ ਜਾਂ ਕੋਈ ਹੋਰ ਤਰ੍ਹਾਂ ਦਾ, ਕੋਈ ਵਧੀਆ ਕਿੱਸਾ ਸੁਣਾਓ ਯਾਰੀ ਦਾ। ਇਹਨਾਂ ਦੇ ਨਾ ਮਤਲਬ ਯਾਰੀ ਨਹੀਂ ਕਹਿ ਸਕਦੇ ਐਕਚੁਲੀ, ਮੈਂ ਇਹਨਾਂ ਦਾ ਅਜ਼ੀਜ਼ ਬੱਚਾ ਜਿਵੇਂ ਹੁੰਦਾ ਨਾ, ਉੱਦਾਂ ਦਾ ਇਹਨਾਂ ਨਾਲ ਮੇਰਾ ਤਾਲੁਕ ਹੈ ਹਰ ਚੀਜ਼ ਦਾ ਮੇਰਾ। ਤੁਸੀਂ ਕੱਲ੍ਹ ਵੀ ਉਸ
ਮਤਲਬ ਆਪਣੇ ਰੇਲ ਤੁਹਾਨੂੰ ਲਗਾਂ ਦੇ ਪਿੰਡ 'ਚ ਦੇਖਣ, ਮੈਂ ਕਿਸ ਤਰ੍ਹਾਂ, ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਪਰ ਤੁਸੀਂ ਦੇਖਿਆ ਵੀ ਮੈਂ ਕਿੱਦਾਂ ਅੰਦਰ ਵੜਿਆ, ਕੀ ਹੋਇਆ, ਕੌਣ ਮਿਲਿਆ, ਉਹ ਇੱਥੇ ਅੱਜ ਵੀ ਜਿੱਥੇ ਜਾ ਰਿਹਾ ਨਿਰਮਲਜੀਤ ਸਿੰਘ ਕਾਲ, ਉਹਨਾਂ ਦਾ ਬੇਟਾ ਰਵੀ, ਮੇਰੇ ਸਾਰੇ ਆ। ਦਰਅਸਲ ਮੈਂ ਕਿਸੇ ਕੋਈ ਡਿਮਾਂਡ ਨਹੀਂ ਕੀਤੀ, ਕੋਈ ਮੈਂ ਕਿਸੇ ਦਾ ਫੰਡ ਨਹੀਂ ਲਾਇਆ। ਜਦ ਮੈਂ ਖੁਦ ਪ੍ਰੋਡਿਊਸਰ ਨਹੀਂ ਬਣਿਆ ਤਾਂ ਕਿਸੇ ਦਾ ਕੀ ਪੈਸਾ ਲਾਉਣਾ, ਆਈਏ ਵੀ ਪ੍ਰੋਡਿਊਸਰ ਨਹੀਂ ਬਣਨਾ। ਇਹਨਾਂ ਨਾਲ ਮੇਰੀ ਤਰ੍ਹਾਂ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਕਈ ਚੀਜ਼ਾਂ ਨੇ, ਇੰਨੀਆਂ ਪਿਆਰ ਨਾਲ, ਪਿਆਰ ਨਾਲ ਕਹਿ ਜਾਂਦਾ ਫਿਰ ਹੱਸੀ ਦਾ, ਮੇਰੀ ਨੇਚਰ ਆ ਜਿਹੜਾ ਹੰਬਲ ਜੀ। ਇੱਕ ਛੋਟੀ ਜਿਹੀ ਗੱਲ ਇੱਥੇ ਹੋਈ, ਮੈਂ ਭਾਈ ਮੈਂ ਜੋ ਵੀ ਕਹਿੰਦਾ ਨਾ ਤੁਹਾਨੂੰ ਆਪਣਾ, ਮੈਂ ਤੁਹਾਡਾ ਮੈਂ ਬੱਚਾ, ਕਹਿੰਦੇ ਬੇਟੇ ਮੈਂ ਤੈਨੂੰ ਬੱਚਾ ਹੀ ਸਮਝਣਾ, ਪਿਓ ਥੋੜ੍ਹੀ ਸਮਝਣਾ। ਸੋ ਛੋਟੀ ਛੋਟੀ ਗੱਲ ਕੋਈ ਵੀ ਮੇਰੇ ਨਾਲ ਦੂਰੋਂ ਇਸ਼ਾਰਾ ਕਰਕੇ ਨਾ ਅਸੀਂ ਸਾਂਝੀ ਕਰ ਲੈਂਦੇ ਹਾਂ। ਬਹੁਤ ਹੀ ਬੇਇੰਤਹਾ ਇਹਨਾਂ ਨਾਲ ਅੰਡਰਸਟੈਂਡਿੰਗ ਹੈ, ਮਤਲਬ ਕੋਈ ਹਿਸਾਬ ਹੀ ਨਹੀਂ, ਮਤਲਬ ਇੰਨਾ, ਮਤਲਬ ਮੈਂ ਉਹੀ ਦੱਸਦਾ ਕਿ ਅਸੀਂ ਇਕੱਠੇ ਸੁੱਤੇ ਸੀ ਇੱਕ ਦਿਨ, ਅਤੇ ਇੱਕ ਨੰਬਰ 'ਤੇ ਬੜੀ ਅੱਛੀ ਗੱਲ ਹੈ ਵੀ ਭਾਜੀ ਦੀ ਪੀਣੀ ਸਾਰੀ ਜਨਰੇਸ਼ਨ ਦੇਖਦੇ ਆ ਕਿ ਧਰਮ ਭਾਜੀ ਸ਼ਰਾਬ ਪੀਂਦੇ ਆ, ਕੌਫੀ ਪੀਂਦੇ ਆ, ਉਹ ਸ਼ੁਗਲ ਕਰਦੇ ਦਾ ਅੱਜ ਹੀ ਉਹਨਾਂ ਕਿਹਾ ਕਿ ਮੈਂ ਪਟਿਆਲੇ ਜਾਵਾਂਗਾ ਪਗੱਟੇ ਪੈਕ ਪੀਏ। ਇਟਸ ਨੋਟ ਦੈਟ, ਉਹਨਾਂ ਦੀ ਤੁਸੀਂ ਪੀਣੀ ਦੇਖਦੇ ਜੇ, ਉਹਨਾਂ ਦੀ ਛੱਡੀ ਕਿਸੇ ਨੇ ਨਹੀਂ ਦੇਖੀ ਕਿ ਉਹ 6 ਮਹੀਨੇ 2 ਸਾਲ 3 ਸਾਲ, ਹਾਓ ਹੀ ਇਜ਼ ਫਿਟ ਐਟ ਦਿਸ ਏਜ 85, ਅਤੇ ਉਹ ਛੱਡਦੇ ਨੇ 6-6 ਮਹੀਨੇ। 82 ਦੀ ਉਹਨਾਂ ਨੇ ਸਿਗਰਟ ਛੱਡੀ ਆ, ਅੱਜ ਤੱਕ ਸਿਗਰਟ ਨੂੰ ਹੱਥ ਨਹੀਂ ਲਾਇਆ। ਅਤੇ ਮੈਂ ਦੇਖੋ ਸ਼ਰਾਬ ਵੀ ਨਹੀਂ ਪੀਂਦਾ, ਸਿਗਰਟ ਵੀ ਨਹੀਂ ਪੀਂਦਾ, ਨਾ ਮੈਂ ਤਾਸ਼ ਖੇਡਦਾ ਕੁਛ ਖੇਡਦਾ, ਫਿਰ ਵੀ ਉਹਨਾਂ ਦੇ ਚਰਨਾਂ 'ਚ ਹਮੇਸ਼ਾ 48 ਸਾਲਾਂ ਤੋਂ ਰਹਿੰਦਾ। ਅਤੇ ਹੋਰ ਇੰਨੀਆਂ ਗੱਲਾਂ ਉਹਨਾਂ ਨਾਲ ਮਸ਼ਹੂਰ ਮੇਰੀਆਂ, ਇੰਨੀਆਂ ਛੋਟੀਆਂ 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 ਚੀਜ਼ਾਂ ਚੱਲਦੀਆਂ। ਇੱਕ ਵਾਰੀ ਮੇਰੇ ਕਿਸੇ ਦੋਸਤ ਨੇ, ਅਸੀਂ ਇਕੱਠੇ ਜਾ ਰਹੇ ਗੱਡੀ 'ਚ, ਅਤੇ ਮੈਂ ਕਿਹਾ ਇੱਧਰ ਤੁਹਾਡੇ ਪਟਿਆਲਾ ਵਾਲੇ ਪਿੰਡ ਆ ਬਵਨਪੁਰ, ਮੈਂ ਭਾਜੀ ਆਪਣਾ ਦੋਸਤ ਜਿਹੜਾ ਬਗੜ ਆ, ਮੈਂ ਉਹਦੀ ਮਾਂ ਨੂੰ ਤੁਸੀਂ ਬਜੰਤੀ ਮਾਲਾ ਸਮਝਦੇ ਨਾ, ਕਹਿੰਦੇ ਵੀ ਬਜੰਤੀ ਮਾਲਾ ਅਰਗੀ ਆ, ਮੈਂ ਉਹਨਾਂ ਦੇ ਪੇਕੇ ਇੱਥੇ ਆ ਬਵਨਪੁਰ, ਮਤਲਬ ਬਜੰਤੀ ਮਾਲਾ ਇੱਥੋਂ ਦੀ ਹੋਈ, ਮਤਲਬ ਉਹਨਾਂ ਹਰ ਗੱਲ, ਉਹਨਾਂ ਦੀ ਸੈਂਸ ਆਫ ਹਿਊਮਰ ਇੰਨੀ ਚੰਗੀ। ਜੇ ਇਹ ਗੱਲ ਚਿੜੀ ਆ ਤਾਂ ਫਿਰ ਇਹ ਵੀ ਗੱਲ ਕਰ ਗਏ ਨੇ ਕਿ ਕੋਈ ਲੇਡੀਜ਼ ਫੈਨ ਜਿਹੜੀ ਸਭ ਤੋਂ ਕ੍ਰੇਜ਼ੀਅਸਟ ਹੋਵੇ, ਤੁਹਾਨੂੰ ਇੰਤਜ਼ਾਰ ਹੋਵੇ, ਤੁਹਾਡਾ ਵੀ ਪੁੱਛ ਲੈਂਦੇ ਕਿ ਤੁਹਾਡਾ ਵੀ, ਮਤਲਬ ਅੱਜ ਵੀ ਮੈਂ ਦੇਖ ਰਿਹਾ ਕਿ ਫੋਟੋਆਂ ਆ ਤੁਹਾਡੇ ਨਾਲ, ਸਭ ਕੁਝ ਹੋ ਰਿਹਾ, ਇੱਕ ਕੋਈ ਕਿੱਸਾ ਆਪਣਾ ਸੁਣਾ ਦਿਓ, ਕੋਈ ਲੇਡੀਜ਼ ਫੈਨ ਦੇ ਨਾਲ ਜਿਹੜਾ ਸਰਦਾ ਸੁਣਾ ਦਿਓ। ਮੈਂ ਪਹਿਲਾਂ ਤਾਂ ਆਪਣਾ ਜਨਰਲ ਵੈਦਿਆ ਸਾਹਿਬ ਜਿਉਂਦੇ ਸੀ, ਉਹਨਾਂ ਆਰਮੀ ਵਿਡੋ ਵਾਈਫ ਦਾ ਅਲੱਗ ਅਲੱਗ ਪਿਕਚਰ ਰਾਜੇਸ਼ ਖੰਨਾ ਸਾਹਿਬ ਦੀ ਸੀ, ਸਾਨੂੰ ਇੱਥੇ ਬੁਲਾਇਆ, ਆਈ ਵਾਜ਼ ਵਿਦ ਦੈਮ, ਮਾਈ ਵਾਈਫ ਮੇਰੇ ਨਾਲ ਸੀ। ਅਤੇ ਉੱਥੇ ਮੇਰਾ ਨਟਸ਼ੈਲ 'ਚ ਰਾਜੇਸ਼ ਖੰਨਾ ਕਾਕਾ ਜੀ ਜਿਹਨੂੰ ਮੈਂ ਕਹਿੰਦਾ ਉਹ ਬੋਲੇ, ਸ਼ਕਤੀਮੰਤਾ ਸਾਹਿਬ ਬੋਲੇ, ਓਮ ਪ੍ਰਕਾਸ਼ ਜੀ ਜਿਉਂਦੇ ਸੀ ਉਹ ਬੋਲੇ, ਬੜੇ ਬੜੇ, ਔਰ ਕੰਪੇਅਰ ਕਰ ਰਿਹਾ ਸੀ ਦੇਵਨ ਵਰਮਾ। ਆਰਮੀ ਦਾ ਜਿਹੜਾ ਸਾਨੂੰ ਨਾ ਵੈਨ ਵੀ ਸਟਾਰਟ ਸਪੀਕਿੰਗ ਉਹ ਸ਼ੁੱਡ ਨੋ ਕਿ ਪ੍ਰੋਗਰਾਮ ਕੀ ਆ, ਪ੍ਰੋਗਰਾਮ ਸੀ ਵਿਗਿਆਨ ਭਵਨ 'ਚ ਆਰਮੀ ਵਿਡੋ ਵਾਈਫ ਵਾਸਤੇ, ਉਹ ਰੱਬ ਜਾਣਦਾ ਸਾਰੇ ਭੁੱਲ ਗਏ। ਦੇ ਸਪੋਕ ਵੈਰੀ ਵੈਲ, ਕਾਕਾ ਜੀ ਮਾਸਟਰ, ਅੱਜ ਮੈਂ ਹੂੰ ਜਹਾਂ, ਕੱਲ੍ਹ ਕੋਈ ਔਰ ਦਾ, ਸਾਰੇ ਬੜੇ ਬਾਬਾ। ਮੇਰੇ ਦਿਲ 'ਚ ਚੁੱਭਦੀ ਰਹੀ ਗੱਲ, ਆਇਆ ਸੀ ਲਾਸਟ ਕਾਲ, ਉਹਨਾਂ ਨੇ ਮੈਨੂੰ ਮਤਲਬ ਬੁਲਾਇਆ ਜਦੋਂ ਕਿ ਗੁਰਬਚਨ ਜੋ ਹਮੇਸ਼ਾ ਜ਼ਿੰਦਗੀ ਮਤਲਬ ਜਾਨ ਹੱਥ 'ਤੇ ਰੱਖ ਕੇ ਕੰਮ ਕਰਦੇ ਹਾਂ, ਇਹ ਹੈ ਵੋ ਹੈ, ਦੇਖੀਏ ਆਪ ਹਮਾਰੇ ਸਟੰਟਮੈਨ ਕਮ ਐਕਟਰ, ਮੈਂ ਆਇਆ ਇੱਕ ਇੱਕ ਕਦਮ ਆਊਂ। ਮੇਰੀ ਵਾਈਫ ਨਾਲ ਸੀ, ਉਹਨੂੰ ਮੈਂ ਪਹਿਲਾਂ ਕਹਿ ਚੁੱਕਾ ਮੈਂ ਸ਼ਾਨੋ ਸ਼ੌਕਤ ਦੇਖ ਕੇ ਵਿਗਿਆਨ ਭਵਨ, ਮੈਂ ਗੁਰਿੰਦਰ ਅੱਜ ਕੁਛ ਬੋਲਿਆ ਗਿਆ ਅਤੇ ਠੀਕ ਹੈ, ਨਹੀਂ ਤਾਂ ਮੈਂ ਇਹੋ ਜਿਹੇ ਪ੍ਰੋਗਰਾਮ ਵਿੱਚ ਆਉਣਾ ਨਹੀਂ, ਐਡਾ ਵੱਡਾ ਪ੍ਰੋਗਰਾਮ, ਮੈਂ ਡਿਫੈਂਸ ਮਿਨਿਸਟਰ ਖੜ੍ਹਾ, ਜਨਰਲ ਵੈਦਿਆ ਖੜ੍ਹਾ, ਐਨੀ ਹੋ ਜਿਹੇ ਮੈਂ ਪਹੁੰਚਿਆ ਮਾਈਕ 'ਤੇ। ਦੇਵਨ ਵਰਮਾ ਨੇ ਬੜੇ ਪਿਆਰ, ਉਹਨਾਂ ਦਾ ਵੀ ਡਬਲ ਕੀਤਾ ਸਾਰਿਆਂ ਦੇ ਨਾਲ, ਡੁਪਲੀਕੇਟਸ ਮੈਂ ਟੈਕਨੀਕਲੀ ਉਹਨਾਂ ਦੀ ਫਾਈਟਸ ਕਰਾਈਆਂ ਵੀ ਰਿਵਾਈਵ ਵਗੈਰਾ, ਅਤੇ ਮੈਂ ਉੱਥੋਂ ਹੀ ਸ਼ੁਰੂ ਕਰਤੀ। ਮੈਂ ਜੀ ਫਸਟ ਆਫ ਆਲ ਨਮਸਕਾਰ, ਸਤਿ ਸ਼੍ਰੀ ਅਕਾਲ, ਕਿ ਮੈਂ ਫਸਟ ਆਫ ਆਲ ਜੇ ਬਤਾਉਣਾ ਚਾਹਤਾ ਹੂੰ ਕਿ ਇੱਕ ਗੁਮਨਾਮ ਜ਼ਿੰਦਗੀ ਬਸਰ ਕਰ ਰਹਾ ਥਾ ਫਿਲਮ ਇੰਡਸਟਰੀ ਮੈਂ, ਸ਼ੁਕਰਗੁਜ਼ਾਰ ਹੂੰ ਧਰਮਿੰਦਰ ਭਾਜੀ ਕਾ, ਅਮਜਦ ਸਾਹਿਬ ਕਾ, ਕਾਕਾ ਜੀ ਕਾ, ਜਿਨ ਕੀ ਬਦੌਲਤ ਮੈਂ ਆਪਣੇ ਸਾਹਮਣੇ ਨਜ਼ਰ ਆ ਰਹਾ ਹੂੰ, ਮੈਂ ਰੋਲ ਕਰ ਰਹਾ ਹੂੰ। ਬਹਰਹਾਲ ਇਹ ਪ੍ਰੋਗਰਾਮ ਆਰਮੀ ਵਿਡੋ ਵਾਈਫਸ ਕੇ ਲੀਏ ਅਰੇਂਜ ਕੀਆ ਗਿਆ ਹੈ, ਮੈਂ ਇਨ੍ਹੀਂ ਕੇ ਲੀਏ ਚੰਦ ਲਾਣੇ ਬੋਲਤਾ ਹੂੰ ਕਿ ਨਮਸਕਾਰ ਹੈ ਉਨ ਮਾਤਾਓਂ ਕੋ ਜਿਨਕੇ ਸਪੂਤੋਂ ਕੀ ਕੁਰਬਾਨੀ ਕੀ ਬਦੌਲਤ ਸਾਰਾ ਦੇਸ਼ ਸੁੱਖ ਔਰ ਚੈਨ ਕੀ ਜ਼ਿੰਦਗੀ ਬਸਰ ਕਰਦਾ ਹੈ। ਬ੍ਰੇਵੋ ਇੰਡੀਅਨ ਆਰਮੀ। ਵੈਨ ਆਈ ਟਰਨ ਟੂ ਮਾਈ ਸੀਟ ਦੇਖਿਆ ਤਾਂ ਜਨਰਲ ਵੈਦਿਆ ਵਾਜ ਸਟੈਂਡਿੰਗ ਲਾਈਕ ਦੇ, ਗਲੇ ਲਗਾਇਆ, ਟਰੋਫੀ ਦੀ ਦੀ ਬੈਸਟ ਅਵਾਰਡ ਸਾਰਾ ਕਰਦੇ। ਰਾਤ ਕੋ ਫਿਰ ਪਾਰਟੀ ਹੋਈ ਤੇ ਦੇ ਵੀ ਵਰ ਟੁਗੈਦਰ ਇਨ ਮੋਰੀਆ ਸ਼ਰਟਨ। ਜਨਰਲ ਸਾਹਿਬ ਵੇਅਰ ਇਜ਼ ਦੈਟ ਯੰਗ ਮੈਨ, ਕਾਲ ਹਿਮ, ਕਾਲ ਹਿਮ। ਉਹ ਸਾਰੇ ਗੁਰਭਜਨ ਜਨਰਲ ਸਾਹਿਬ ਬੁਲਾ ਰਹੇ, ਜਨਰਲ ਮੈਂ ਗਿਆ, ਰਿਪੀਟ ਦੋਜ਼ ਲਾਈਨਸ, ਫਿਰ ਦੁਬਾਰਾ ਸਾਰੀ ਕੀ ਸਾਰੀ ਲਾਈਨ ਮੋਰੀਆ ਸ਼ੇਟਨ ਕੇ ਗਾਰਡਨ ਮੇ ਸਾਰੀ ਰਿਪੀਟ ਕੀ, ਰਿਪੀਟ ਕੀ, ਫਿਰ ਬੜਾ ਨਾਮ ਹੋ ਗਿਆ। ਆਈ ਵਾਜ਼ ਸਰੈਂਡਰਡ ਬਾਈ ਆਲ ਗਰਲਜ਼ ਐਂਡ ਆਲ ਦੈਟ, ਮਾਈ ਵਾਈਫ ਵਾਜ਼ ਸਿਟਿੰਗ ਓਵਰ ਦੇਅਰ ਦੇਖ ਰਹੀ ਆ। 2 ਵੱਜ ਗਏ 3 ਵੱਜ ਗਏ, ਫਿਰ ਉਹ ਕਹਿਣੇ ਲੱਗੀ ਸਭਾ ਮੈਂ ਸਰਦਾਰ ਜੀ, ਭਾਅ ਜੀ ਬੜਾ ਮਜ਼ਾਕ ਕਰਦੇ ਆ, ਉਹ ਸਰਦਾਰ ਜੀ ਬੋਲਦੀ ਹੈ, ਮੇਰੀ ਮਾਂ ਮੇਰੇ ਪਿਤਾ ਜੀ ਕੋ ਬੋਲਦੀ ਸੀ, ਸਰਦਾਰ ਜੀ ਮੈਨੂੰ ਤੁਸੀਂ ਉੱਪਰ ਰੂਮ 'ਚ ਛੱਡ ਆਓ। ਮੈਂ ਉਹਨੂੰ ਕਿਹਾ ਮੈਂ ਗੁਰਿੰਦਰ
ਮੈਂ ਦੇਖ ਲਿਆ ਮੇਰਾ ਕੀ ਹਾਲ ਆ, ਮੈਂ ਸੱਚਾ ਜਿਹਾ ਬੰਦਾ, ਕੋਈ ਹਾਲ ਤੇ ਨਾਤਾ ਨਹੀਂ, ਜੇ ਤੂੰ ਰੂਮ 'ਚ ਚਲ ਗਈ ਤਾਂ ਮੈਂ ਫਿਰ ਮੈਨੂੰ ਲੱਭੀ ਨਾ ਸਵੇਰ ਤੱਕ, ਅਤੇ ਮੈਂ ਵੀਹ ਮੇਰੇ ਨਾਲ ਬੈਠੀ ਰਹਾ ਘੰਟੇ ਦੋ ਘੰਟੇ ਨੂੰ ਇਕੱਠੇ ਰੂਮ 'ਚ, ਵਾਈਫ ਦਾ ਪੂਰਾ ਸਪੋਰਟ ਮਿਲਦਾ ਰਿਹਾ ਪੂਰਾ, ਬਹੁਤ ਇੰਨੀ ਚੰਗੀ ਆ ਐਂ ਦੂਰ ਹੀ ਗਿਆ। ਇੱਥੇ ਗੁਰਦਾਸਪੁਰ ਦੀ ਗੱਲ ਆ, ਕੁਝ ਦਿਨ ਮੈਂ ਮੁਰਾਸੀ ਪੰਚ ਸਾਈਂ ਭਾਜ ਦੇ ਸ਼ਗਿਰਦ ਆ ਜੀ, ਕੁਛ ਲੋਕ ਕਹਿੰਦੇ ਮਜ਼ਾਕ ਕਰਨ ਲੱਗੇ, ਕਹਿੰਦੇ ਗੁਰਬਾ ਇੱਕ ਬੰਦਾ ਕਹਿੰਦਾ ਗੁਰਬਾ ਭਾਈ ਤੁਹਾਡਾ ਇੱਕ ਵਿਆਹ ਹੋਰ ਕਰਾਉਣਾ, ਇੱਥੇ ਦੀ ਗੱਲ ਹੈ ਉਹਨਾਂ ਨੂੰ ਪਤਾ, ਮੈਂ ਵਿਆਹ ਕਰ ਦਿਓ, ਮੈਂ ਕੋਈ ਗੱਲ ਨਹੀਂ। ਅਤੇ ਉਹ ਮੁੰਡੇ ਜਿਹੜੇ ਦੂਜੇ ਗੁਰਦਾਸਪੁਰੀ ਆ ਮੇਰੇ ਪਿੰਡਾਂ ਦੇ, ਉਹ ਕਹਿੰਦੇ ਭਾਈ ਅਸੀਂ ਗੁਰਿੰਦਰ ਨੂੰ ਭਾਬੀ ਜੀ ਨੂੰ ਦੱਸਾਂਗੇ, ਮੈਂ ਰਿਸ਼ਤਾ ਉਹੀ ਘੁਲਾ ਰਹੀ ਹੈ, ਮੈਂ ਉਹ ਆਈ ਐਮ ਸੋ ਫਰੀ। ਮੈਨੂੰ ਇੱਕ ਬੰਦੇ ਨੇ ਕਿਹਾ ਗੁਰਭਜਨ ਮੈਂ ਮੋਸਟਲੀ ਘਰ ਬੈਠਾ ਰਹਿੰਦਾ, ਮੈਂ ਟੀ ਵੀ ਨਹੀਂ ਦੇਖਦਾ, ਹਿੰਦੁਸਤਾਨ ਟਾਈਮਜ਼ ਆਫ ਇੰਡੀਆ ਪੇਪਰ ਆਉਂਦਾ, ਬਿਲੀਵ ਇਟ। ਫਿਰ ਮੈਨੂੰ ਕਹਿੰਦੇ ਤੇਰਾ ਟਾਈਮ ਕਿੱਦਾਂ ਨੇ, ਮੈਂ ਪੇਪਰ ਪੜ੍ਹ ਲਈ ਦਾ ਸਾਰਾ ਦੁਨੀਆ ਭਰ ਦੀ, ਮੈਂ ਹਰ ਚੀਜ਼ ਦੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਨੌਲੇਜ ਹੈ, ਅਤੇ ਫਿਰ ਵੀ ਕਿੱਦਾਂ ਦੇਖਦੇ ਟੀ ਵੀ ਨਹੀਂ ਵੇਖਦੇ, ਮੈਂ ਨਾ, ਮੈਂ ਬੀਵੀ ਦੇਖ ਕੇ ਟੀ ਵੀ ਕੋ, ਮੈਂ ਬੀਵੀ ਕੋ ਦੇਖੂੰ, ਮੈਂ ਮੇਰੀ ਵਾਈਫ ਰਹਿੰਦਾ ਟੀ ਵੀ ਵੇਖਦੀ ਰਹਿੰਦੀ ਆ, ਮੈਂ ਉਹਨੂੰ ਵੇਖਦਾ ਰਹਿੰਦਾ, ਮੈਂ ਟਾਕ ਬੰਦ ਹੋ ਜਾਂਦਾ, ਸੋ ਆਈ ਐਮ ਵੈਰੀ ਫਰੀ। ਇਹਨਾਂ ਦੀ ਇੱਕ ਮੈਂ ਦੱਸਾਂ ਆਮ ਆਡੀਅੰਸ ਨੂੰ, ਅੱਜ ਇੱਥੇ ਪਹੁੰਚਦਾ, ਇਹਨਾਂ ਬੜੀ ਖੂਬਸੂਰਤ ਬਾਰ ਬਣਾਈ ਸੀ ਘਰ, ਅਤੇ ਬਹੁਤ ਜੀ ਮਤਲਬ ਟੀਚਰ ਬੜੇ ਗੁਣਾਂ ਦੇ ਮਾਲਕ, ਸੂਫੀ ਵੈਜੀਟੇਰੀਅਨ ਸਾਰਾ, ਉਹ ਇਹਨਾਂ ਨੂੰ ਕਹਿਣਾ ਧਰਮ ਇੰਨੀ ਨਾ ਪੀਆ, ਹਾਂਜੀ ਨਹੀਂ ਬਾਓ ਜੀ ਨਹੀਂ ਪੀਂਦਾ। ਇੱਕ ਦਿਨ ਇਹਨਾਂ ਆਉਣਾ ਪਹਿਲਾਂ ਦੇਖਦੇ ਸੀ ਇੱਧਰ ਉੱਧਰ ਵੀ ਬਾਓ ਜੀ ਕਿੱਥੇ ਨੇ, ਇਹਨਾਂ ਨੇ ਇੱਦਾਂ ਹੀ ਪੁੱਛਿਆ, ਬਾਓ ਜੀ ਨੇ ਇਹ ਨਾ ਲੇਟ ਕੇ ਇੱਕ ਦੋ ਵਾਰੀ ਕਹਿ ਕੇ ਦੇਖਿਆ, ਤਾਂ ਉਹਨਾਂ ਨੇ ਗੁੱਸੇ 'ਚ ਸੋਟੀ ਲੈ ਕੇ ਸਾਰੀ ਬਾਰ ਦੌੜ ਕੇ। ਹੁਣ ਇਹਦਾ ਮੈਂ ਸੱਚਾ ਜਿਹਾ ਬੰਦਾ, ਅਗਰ ਮੈਂ ਵੀ ਇਸ ਜਗ੍ਹਾ ਹੁੰਦਾ ਤਾਂ ਮੈਂ ਹੀ ਕਹਿੰਦਾ ਬਾਓ ਜੀ ਕਿਉਂ ਇੰਨਾ ਨੁਕਸਾਨ ਕਰ ਰਹੇ ਹੋ ਲੱਖਾਂ ਰੁਪਇਆਂ ਦਾ, ਰਹਿਣ ਦਿਓ। ਇਹਨਾਂ ਨੇ ਦੇਖਿਆ ਬਾਓ ਜੀ ਉੱਪਰ ਗੁੱਸੇ 'ਚ ਬਾਹਰ ਤੋੜਨਾ, ਚੁੱਪ ਕਰਕੇ ਉੱਥੋਂ ਭੱਜ ਕੇ ਵਾਪਸ ਚਲੇ ਗਏ, ਘਰ ਬੜੇ ਨਹੀਂ ਪਏ ਜਲ ਕੇ। ਜਦੋਂ ਪਤਾ ਕੀਤਾ ਬਾਓ ਜੀ ਦਾ ਗੁੱਸਾ ਠੰਡਾ ਹੋਇਆ, ਫਿਰ ਆਏ ਰੋਣਾ, ਕਿਹਾ ਕਿ ਤੂੰ ਵੀ ਕੇ ਇੰਨੀ ਤਰੱਕੀ ਕੀਤੀ ਹੈ ਅਤੇ ਹੋਰ ਠੀਕ ਰਹੇ, ਕਿੱਥੋਂ ਦਾ ਅੱਜ ਖੁਦ ਕਹਿੰਦੇ। ਸੋ ਕੋਈ ਮਾਈ ਦਾ ਲਾਲ ਸੰਨੀ ਕੁਛੜ ਸੀ ਜਦੋਂ ਬਾਓ ਜੀ ਨੇ ਉਦੋਂ ਵੀ ਮਾਰਿਆ, ਮੈਂ ਵੀ ਮਾਰ ਕਰਦੀ। ਤੂੰ ਇਹ ਮੁੰਡਿਆਂ 'ਚ ਅੱਜ ਕਮੀ ਹੈ, ਮਾਂ ਬਾਪ ਦੇ ਚਰਨਾਂ 'ਚ ਸਭ ਕੁਝ ਹੈ ਬੇਟੇ, ਗੁਰੂ ਕਹਿੰਦੇ ਸਾਰੇ ਗੁਰੂ ਹੈ, ਗੁਰੂ ਦੋ ਵਰਡਾਂ ਦਾ ਸਮੂਹ ਹੈ, ਸੰਸਕ੍ਰਿਤ ਵਰਡ ਹੈ, ਗੁਰੂ ਮੈਨੇ ਅੰਧੇਰਾ, ਰੂਹ ਮੈਨੇ ਰੋਸ਼ਨੀ, ਜੋ ਸ਼ਬਦ ਤੁਹਾਨੂੰ ਅੰਧੇਰੇ ਤੋਂ ਰੋਸ਼ਨੀ ਵੱਲ ਲੈ ਜਾਏ ਉਹ ਤੁਹਾਡਾ ਗੁਰੂ ਹੈ, ਵਾਹਿਗੁਰੂ। ਸਾਰੀ ਸ੍ਰਿਸ਼ਟੀ ਜਿਹੜੀ ਤੋਂ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਾਰ, ਉਹ ਸਭ ਤੋਂ ਗੁਰੂ ਨੂੰ ਉੱਚਾ ਦਰਜਾ, ਗੁਰੂ ਧਰਮ ਭਾਜੀ ਹੋ ਸਕਦਾ, ਗੁਰੂ ਮਾਂ ਬਾਪ ਹੋ ਸਕਦਾ, ਗੁਰੂ ਕੋਈ ਵੀ ਤੁਹਾਡਾ, ਔਰ ਨਥਿੰਗ ਇਜ਼ ਬਿਗਰ ਦੈਨ ਯੂਰ ਪੇਰੈਂਟਸ। ਮੈਨੂੰ ਜੋ ਮੈਂ ਗੱਲਾਂ ਕਰਦਾ, ਜੋ ਵੀ ਚੀਜ਼ ਹੈ, ਮੇਰੇ ਮਾਂ ਬਾਪ ਦੀ ਸਿੱਖਿਆ, ਲੇਟਰ ਔਨ ਆਈ ਵਾਜ਼ ਇਨ ਗੁੱਡ ਹੈਂਡ ਔਫ ਧਰਮ ਭਾਜੀ ਫੈਮਿਲੀ, ਅੱਜ ਵੀ ਭਾਬੀ ਸਾਡੀ ਮਾਂ ਵੀ ਬੈਠੀ ਹੈ, ਹਰੇ ਮੈਂ ਆਈ ਐਮ ਸੋ ਹੈਪੀ ਭਾਜੀ। ਆਖਰ ਦੇ ਵਿੱਚ ਅੰਤ ਇਸ ਇੰਟਰਵਿਊ ਦਾ ਇੱਕ ਸ਼ੇਅਰ ਨਾਲ ਹੋ ਜਾਏ, ਜਿਹੜਾ ਦਿਲ ਨੂੰ ਟੁੰਬ ਜੇ, ਜਿਹੜਾ ਸਾਰੀ ਇਸ ਕਾਇਨਾਤ ਦੇ ਉੱਪਰ ਲੱਗ ਜੇ, ਕਿਉਂਕਿ ਮੈਨੂੰ ਪਤਾ ਤੁਸੀਂ ਸ਼ੇਰ ਓ ਸ਼ਾਇਰੀ ਬੜੀ ਜ਼ਬਰਦਸਤ ਤਰੀਕੇ ਨਾਲ ਕਰਦੇ। ਮੈਂ ਇੱਕ ਤਾਂ ਉਹ ਲਾਈਨਾਂ 'ਚ ਕਰਾਂਗਾ ਕਿ ਆਦਮੀ ਇੱਕ ਕਹਿੰਦੇ ਆ ਤਪੋ ਰਾਜ ਅਤੇ ਰਾਜੋ ਨਰਕ, ਇਹ ਸ੍ਰਿਸ਼ਟੀ ਗੁਆ, ਕਿਉਂ ਕਿ ਅਸੀਂ ਤਪੋ ਤਪ ਨੂੰ ਭੁੱਲ ਜਾਂਦੇ ਹਾਂ। ਸਾਨੂੰ ਸਪੱਸ਼ਟ ਉਸੇ ਬਾਣੇ 'ਚ ਰਹਿਣਾ ਚਾਹੀਦਾ ਜੋ ਮੈਂ ਗੁਰਦਾਸਪੁਰ ਸੀ ਜਦੋਂ ਭੁੱਖੇ ਵੀ ਮਰਿਆ ਸਾਰਾ, ਅਤੇ ਉਹਦੇ ਵਿੱਚ ਇੱਕ ਇਹ ਆਉਂਦਾ ਕਿ ਸੁਣੋ, ਬਸ਼ਰ ਜਿਸ ਵਕਤ ਸ਼ੋਹਰਤ ਕੇ ਨਸ਼ੇ ਮੇਂ ਚੂਰ ਹੋਤਾ ਹੈ, ਖੁਦਾ ਤੋਂ ਇੱਕ ਤਰਫ ਖੁਦ ਸੇ ਵੀ ਕੋਸੋਂ ਦੂਰ ਹੋਤਾ ਹੈ। ਉਹ ਮਹਾਰਾਜ ਦੇ ਚਰਨਾਂ 'ਚ ਰਹਿਣਾ ਚਾਹੀਦਾ, ਆਪਣੇ ਆਪ ਨੂੰ ਪਛਾਣ ਹੋ, ਔਰ ਮੇਰੀ ਹੰਬਲਨੈਸ, ਮੇਰੀ ਨਮਰਤਾ ਜਿਹੜੀ ਉਹ ਇਸ ਫੈਮਿਲੀ ਨਾਲ ਹੀ ਜੁੜੀ ਹੈ, ਮੇਰੇ ਮਾਂ ਬਾਪ ਨਾਲ ਜੁੜੀ ਹੈ, ਅਤੇ ਮੇਰੀ ਹੁਣ ਤੋਂ ਪਹਿਲਾਂ ਇਹ ਜ਼ਿੰਦਗੀ 69 ਸਾਲ ਗੁਜ਼ਰ ਚੁੱਕੀ ਹੈ, ਮੈਂ 70 ਤੋਂ ਆ ਗਿਆ, ਅਤੇ ਮੇਰਾ ਉਹਦੇ ਵਾਸਤੇ ਹੈ। ਉਹਦੇ 'ਚ ਧਰਮ ਭਾਜ ਵੀ ਆਉਂਦੇ ਆ, ਮੇਰੇ ਮਾਂ ਬਾਪ ਵੀ ਆਉਂਦੇ ਆ, ਗੁਰਦਾਸਪੁਰ ਵੀ ਆਉਂਦੇ ਆ, ਦੈਨਿਕ ਸਵੇਰਾ ਵੀ ਆਉਂਦਾ, ਕਿ ਮੁਝੇ ਜਬ ਮੈਂ ਹੁਣ ਇੱਥੇ ਬੈਠਾ, ਕੱਲ੍ਹ ਤੋਂ ਅਸੀਂ ਬੰਬਈ ਹੋਵਾਂਗੇ, ਉੱਥੇ ਮੈਂ ਦੈਨਿਕ ਸਵੇਰਾ ਨੂੰ ਯਾਦ ਕਰਾਂਗਾ, ਧਰਮ ਭਾਜ ਦੀਆਂ ਗੱਲਾਂ ਨੂੰ ਯਾਦ ਕਰਾਂਗਾ, ਮਾਂ ਬਾਪ ਦੀਆਂ ਕਰਾਂ, ਅਤੇ ਦੋ ਲਾਈਨਾਂ ਦੀ ਗੱਲ ਆ ਕਿ ਮੁਝੇ ਜਬ ਜਬ ਮੇਰੀ ਗੁਜ਼ਰੀ ਕਹਾਣੀ ਯਾਦ ਆਤੀ ਹੈ, ਇਨੀ ਬਸ ਮਿਹਰਬਾਨ ਕੀ ਮਿਹਰਬਾਨੀ ਯਾਦ ਆਤੀ। ਕਿਆ ਮੈਂ ਤੁਹਾਡਾ ਮਸ਼ਹੂਰ ਹਾਂ, ਬਹੁਤ ਸ਼ੁਕਰਗੁਜ਼ਾਰ ਹਾਂ, ਤੁਹਾਡੀਆਂ ਦੁਆਵਾਂ ਦਾ ਸਦਕਾ ਮੈਂ। ਬਿਲਕੁਲ, ਪਰ ਇੱਕ ਗੱਲ ਇਹ ਹੈ ਕਿ ਮੈਂ ਤੁਹਾਨੂੰ ਅੰਤ 'ਚ ਇਹ ਕਹਿੰਦਾ, ਤੁਸੀਂ 17 ਦੇ ਲੱਗਦੇ ਨਹੀਂ ਹੋ ਨਾ, ਸੋ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਹੈ ਸਿੱਖਿਆ ਦਾ ਥੰਮ, ਜਿਨ੍ਹਾਂ ਨੇ ਬਹੁਤ ਕੁਝ ਇਹਨਾਂ ਗੱਲਾਂ ਦੇ ਵਿੱਚ ਸਿਖਾਇਆ ਵੀ ਹੈ, ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਹੈ, ਗੁਰੂ ਜਿਹੜਾ ਆ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈ, ਪਰ ਹੁਣ ਇਹਨਾਂ ਨੇ ਆਪਣੀ ਯਾਰੀ ਦੇ ਵੀ ਕਿਸੇ ਸੁਣਾਏ, ਕਿਸ ਤਰ੍ਹਾਂ ਧਰਮਿੰਦਰ ਹੋਣਾ ਨੂੰ ਮਿਲੇ ਆ, ਅਤੇ ਕਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ, ਪਰ ਜਿਸ ਤਰ੍ਹਾਂ ਵੀ ਜਾਣਦੇ ਆ ਬੜੀ ਚੰਗੀ ਤਰ੍ਹਾਂ ਅਤੇ ਗਹਿਰਾਈ ਦੇ ਨਾਲ ਜਾਣਦੇ ਨੇ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀ ਵੀ, ਗੁਰਦਾਸਪੁਰ।